ਸਰ ਸਾਡੇ ਅੱਜ ਸਾਡੇ SSP ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਲਾਂਬਾ ਜੀ, IPS SSP ਹੁਸ਼ਿਆਰਪੁਰ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੋਰਾਂ ਅਤੇ ਲੁਟਾਵਾਂ ਨੂੰ ਠੱਲ ਪਾਉਣ ਦੇ ਸੰਬੰਧ ਵਿੱਚ ਅੱਜ ਹੁਸ਼ਿਆਰਪੁਰ ਪੁਲਿਸ ਨੂੰ, CA ਸਟਾਫ ਔਰ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਮੁਕੱਦਮਾ ਨੰਬਰ 37/24 379/411 IPC ਤਹਿਤ ਜਿਹੜੀ ਬਲੈਰੋ ਗੱਡੀ ਪਿਕਅਪ ਸੀਗੀ, ਸਬਜ਼ੀ ਵਾਲੀ ਗੱਡੀ ਜਲੰਧਰ ਤੋਂ ਉਨੇ ਜਾ ਰਹੀ ਸੀ, ਇਹ 19/2/24 ਨੂੰ ਖੋਹ ਹੋਈ ਸੀਗੀ ਅਤੇ ਇਹ ਗੱਡੀ ਛੱਡ ਕੇ ਬੰਦੇ ਭੱਜ ਗਏ ਸੀਗੇ। ਅਸੀਂ ਉਹ 5 ਬੰਦੇ ਜਿਹੜੇ ਆ ਹੁਸ਼ਿਆਰਪੁਰ ਪੁਲਿਸ ਵੱਲੋਂ ਚੋਰਾਂ ਖਿਲਾਫ਼ ਮੁਹਿੰਮ ਤੋਰਦੇ ਹੋਏ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ। ਇਹਨਾਂ ਨੇ ਹੋਰ ਵੀ ਇਲਾਕੇ ਦੇ ਵਿੱਚ ਔਰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵਾਰਦਾਤਾਂ ਕੀਤੀਆਂ, ਜਿਨ੍ਹਾਂ ਨੂੰ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਇਹਨਾਂ ਤੋਂ ਕੋਸ਼ਿਸ਼ ਕਰਕੇ ਲੋੜੀਂਦੀ ਗਾਈ ਕਾਰਵਾਈ ਜਿਹੜੀ ਆ ਅਮਲ 'ਚ ਲਿਆਵਾਂਗੇ। ਕਿੰਨੇ ਮੁਜਰਮ ਪਕੜੇ ਗਏ ਜੀ? ਇਹ ਕੁੱਲ 5 ਮੁਜਰਮ ਸੀਗੇ। ਕਿਹੜੀ? ਹਾਂਜੀ ਹਾਂਜੀ, ਇਹਨਾਂ ਨੇ ਬਲੈਰੋ ਪਿਕਅਪ ਗੱਡੀ ਹੈਗੀ ਸੀ HP 72D 86 69। ਕਿਹੜੀ ਜਗ੍ਹਾ ਤੋਂ ਅਰੈਸਟ ਹੋਏ ਜੀ? ਇਹ ਕੱਲ ਅਸੀਂ ਪੋਨੀਰਾ ਦੇ ਏਰੀਏ ਦੇ ਵਿੱਚ। ਠੀਕ ਹੈ ਸਰ।